ਲਾ ਕਿਹੜਾ ਤਮਾਸ਼ਾ ਬਣਾਈ ਖੜੀ ਹੈ ਹੈ ਉਹ ਤੂੰ ਤੇਰੀ ਜੋ ਘੰਟਾ ਹੋ ਗਿਆ ਬੌਕ ਦੇ ਰਾਣੇ ਪਰ ਆਇਆ ਚੜਦੇ ਹੋਏ ਤੈਨੂੰ ਘੰਟਾ ਹੋ ਗਿਆ ਤੇਰੇ ਨਾਲ ਖੇਡਣ ਬੂਆ ਲਾ ਕਿਉਂ ਨਹੀਂ ਲੈਂਦੇ ਬੂਆ ਦੱਸ ਹੈ ਬੂਆ ਕਿਉਂ ਲੈਂਦੇ ਪਿਆ ਕਿਉਂ ਬੰਦ ਕੀਤਾ ਬੂਆ ਦੱਸ ਔਰ ਕਿਉਂ ਬੂਆ ਬੰਦੀ ਖੜੀ ਆ ਸਿਆ ਕੀ ਹੋ ਗਿਆ ਹੈ ਕਿਉਂ ਨਹੀਂ ਖੋਲਦੀ ਬੂਆ ਸਨਾ ਸਨਾ ਉਹ ਸਨਾ ਬੂਆ ਲਾਉਂਦੀ ਨੀ ਕਿੰਨੇ ਲੈਣੀ ਹੈ ਕੀ ਤਮਾਸ਼ਾ ਬੜਾ ਪੀ ਹੈ ਤੂੰ ਕਿਸ ਤਰ੍ਹਾਂ ਬੂਆ ਖੜਕਾ ਗਿਆ ਨੀ ਕਿਸ ਤਰ੍ਹਾਂ ਦੀ ਪਰਲੀ ਸਾਈਡ ਬੂਹ ਲੱਥੇ ਪੈਣ ਤਲਵੀ ਸਾਈਡ ਬੂਹ ਲੱਥਾ ਪੀਏ ਅਸਲਾਮ ਵਾਲੇਕਮ ਗਾਇਸ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਠੀਕ ਠਾਕ ਹੋ ਸੋ ਸ਼ੁਕਰ ਅਲਹਮਦੁਲਿਲਾ ਮੈਂ ਵੀ ਠੀਕ ਠਾਕ ਹਾਂ ਮੇਰੀ ਫੈਮਿਲੀ ਬਿਲਕੁਲ ਠੀਕ ਠਾਕ ਹੈ ਤੁਹਾਡੇ ਦੁਆਵਾਂ ਦੇ ਨਾਲ ਓਏ ਔਰ ਆਵੇ ਨਾ ਮੇਰੀ ਗੱਲ ਸੁਣ ਤੂੰ ਕੁੱਤੀ ਨੂੰ ਪਾਪੜ ਖਵਾਉਂਦਾ ਰਹਿ ਜਾ ਠੀਕ ਹੈ ਇਹ ਵੇਖਣਾ ਵਿੰਡੋ ਲੱਥੀ ਪਈ ਤੇਰੇ ਭਰਜਾਈ ਲਈ ਬੂਹ ਲੱਥਾ ਪਈ ਹੈ ਲੱਥੀ ਪਈ ਆਵਾਜ਼ ਆਮਣੀ ਨਹੀਂ ਤੇਰੀ ਭਰਜਾਈ ਬੂਹ ਆਂਦਰ ਉੜੇ ਤੇ ਪਈ ਹੈ ਮੇਸਣੀ ਜਾਈ ਸਨਾ ਮੈਂ ਕਈ ਗੱਲ ਕੋ ਨੀ ਕੀਤੀ ਸਮਝ ਆ ਗਈ ਤੂੰ ਬੂਆ ਲਾਈ ਨਹੀਂ ਕਿੰਨੀ ਲੈਣੀ ਹੈ ਬੰਨ ਛੱਡੂ ਬੰਨ ਛੱਡੂ ਬੂਆ ਬੰਨ 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 ਬੂਆ ਬੰਨ ਬੂਆ ਕਾਲ ਤੈਨੂੰ ਦਿੱਕੇ ਗਿਆ ਨੀ ਪਿੱਛੋਂ ਖੜ ਬੂਆ ਲਾ ਇਹ ਵਾਸ਼ਰੂਮ ਵਾਲਾ ਬੂਆ ਜਾ ਵੀ ਇਹ ਵਾਸ਼ਰੂਮ ਵਾਲਾ ਬੂਆ ਹੀ ਹੈ ਵਾਸ਼ਰੂਮ ਵਾਲਾ ਬੂਆ ਵੇਖਣਾ ਖੁੱਲਾ ਕੇ ਬੰਦ ਹੈ ਨਾ ਆਰਾਮ ਕਰ ਸਨਾ ਬੂਆ ਲਾਵੇ ਕਰੇ ਮਿੰਟ ਮਾਰ ਬੂਆ ਲਾ ਦਿਮਾਗ ਖਰਾਬ ਨਾ ਕਰ ਬੂਆ ਲਾਵੇ ਨਾ ਤੰਗ ਨਾ ਕਰੋ ਤੰਗ ਨਾ ਕਰੋ ਛੇਤੀ ਬਣਾ ਕੋਈ ਮਿੰਟ ਮਾਰ ਇਹ ਨਾ ਇਹ ਪੌੜੀ ਖੜੋਤੀ ਨਾ ਇੱਥੇ ਚੜ੍ਹਨ ਦੀ ਕੋਸ਼ਿਸ਼ ਕਰੇ ਇੱਥੇ ਚੜ੍ਹ ਜਾ ਉੱਤੇ ਉਹ ਬੂਆ ਰੱਖਾ ਪਈ ਇੱਥੇ ਚੜ੍ਹਨ ਦੀ ਕੋਸ਼ਿਸ਼ ਕਰ ਇਹ ਵਾਲਾ ਬੂਆ ਜਿਹੜਾ ਲੱਥਾ ਪਈ ਭਾਈ ਇੱਥੇ ਹੁਣ ਚੜ੍ਹਨ ਦੀ ਕੋਸ਼ਿਸ਼ ਕਰ ਚੜ੍ਹ ਜਾ ਸਹੀ ਵਾਲਾ ਬੂਆ ਲੱਥਾ ਪਈ ਵੇ ਅੰਦਰੋਂ ਲਾਹ ਸੁੱਤੀ ਪਈ ਹੈ ਇਹ ਵਾਲਾ ਬੂਆ ਲੱਥਾ ਪਈ ਹੈ ਵਿੰਡੋ ਹੀ ਖੁੱਲੀ ਪਈ ਹੈ ਹੈ ਹੱਥ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਕੀ ਕਰਾਂ ਇਹਦਾ ਮੈਂ ਗੋੜੀ ਚੜ ਚੜੀਏ ਗੋੜੀ ਚਾੜਿਆ
ਪਰ ਜਦ ਤੱਕ ਇਹਨੂੰ ਆਖ ਰਹੇ ਤਾਂ ਗੋੜੀ ਨਾਲ ਸੱਚਾ ਆਉਣਾ ਇਸ ਬੂਹਾ ਲੋ ਗੋੜੀ ਭਾਈ ਥੱਲੇ, ਨਹੀਂ ਤਾਂ ਮੈਂ ਚੁੱਕ ਕਰ ਦੁਆਲਾ ਹੋ ਜਾ। ਇਹਨੂੰ ਆਪ ਤੂੰ ਵਾਲਾ ਵਿੱਚ ਠੀਕ ਹੈ ਤਮਾਸ਼ਾ ਬੜਾ ਖੜੀ ਪਰਾਟੇ ਨਾਲ ਇੱਕ ਸਾਈਡ ਤੋਂ ਨਾ ਹੈ ਨੀ ਪੱਕਿਆ ਤਮਾਸ਼ਾ ਬੜਾ ਖੜੀ ਬਈ ਫਿਰ ਇੰਜ ਕਰ ਹੈ ਕਿਆ ਲੈ ਬੁਆੜੇ ਤੇ ਪਈਆਂ ਬੜਾ ਚੰਗੀ ਬਲੀਏ ਬਹੁ ਖਰਚ ਕਰ ਲਈ ਤੇ ਆਈਏ ਜੂਸ ਜੂਸ ਬਣਾਇਆ ਸੀ ਮੈਨੂੰ ਆਪ ਪੀਤੇ ਸੀ, ਉਸ ਤੋਂ ਬਾਅਦ ਮੈਨੂੰ ਪਤਾ ਕੀ ਪਹਿਲੀ ਮੇਰੇ ਪੇਕਾ ਤੇ ਚਲੀਏ ਮੈਂ ਤੇ ਮੇਰੇ ਜਿਹੜੇ ਬੱਚੇ ਨੇ ਅਸ ਮੈਂ ਇਹਨਾਂ ਨੂੰ ਲੈ ਤੇ ਆਇਆ ਸਾਂ, ਤੁਸੀਂ ਇੱਕ ਹਫ਼ਤਾ ਉੱਥੇ ਰਹਿ ਲਵੇ ਸਕੂਨ ਵਾਲੀ ਜੋ ਹੈ ਮੈਨੂੰ ਪਾਰ ਲਵੇ ਪਿਛਾ ਜਾ ਸੀ ਮੈਨੂੰ ਉੱਥੇ ਕਦੇ ਨਹੀਂ ਛੱਡਦਾ ਸੀ ਤੇ ਵਾ ਤੂੰ ਜਾ ਹੀ ਨਾ ਮੈਂ ਤਾਂ ਇੱਕੋ ਮਿੱਚ ਬਲਾ ਲੈਨੋ ਨਹੀਂ ਨਹੀਂ ਮੈਂ ਤਾਂ ਇੱਕ ਹਫ਼ਤਾ ਉੱਥੇ ਰਹਿ ਇੰਜੋਇਮੈਂਟ ਕਰ ਠੀਕ ਹੈ ਤੇ ਮੌਜਾ ਕਰ ਲੈ ਸਾਈ ਸਹੀ ਘਰ ਲੈ ਉਸ ਤੋਂ ਬਾਅਦ ਬਾਤ ਕਰਨਾ ਤੂੰ ਆ ਜਾਏ ਠੀਕ ਹੈ ਅਸਾਂ ਤੇਰੇ ਪਿਓ ਪੁੱਤਰ ਚਾਰ ਪਿਓ ਪੁੱਤਰ ਸਕੂਨ ਨਾਲ ਰੋਟੀ ਮੈਂ ਪਕਾਈ ਕਰ ਸਾਂ ਮੇਰੇ ਪੁੱਤਰ ਖਾਦੀ ਕਰ ਸਾਂ ਤੂੰ ਤੇ ਪੇ ਕੇ ਰਹਿ ਲੈ ਬਾਹਰ ਨਾਲ ਸਕੂਨ ਹੀ ਪੜ ਸਾਂ ਵਦੇ ਪਿੱਛੇ ਤੇਰਾ ਕਿਨੇ ਖਿਆਲ ਕਰਨਾ ਓ ਯਾਰ ਮੇਰੇ ਖਿਆਲ ਮੈਂ ਆਪਣਾ ਲੈ ਜਾਂਦੀ ਹੈ ਜਿਹੜਾ ਤੇਰਾ ਆਪਣਾ ਖਿਆਲ ਹੁੰਦਾ ਹੈ ਆਪਣਾ ਖਿਆਲ ਲਈ ਤੇ ਮੈਂ ਕਹਿਣ ਨਹੀਂ ਕਿ ਤੈਨੂੰ ਬੱਲੇ ਲੈ ਕੇ ਜਾਸਾ ਇੱਥੇ ਜਿਹੜੇ ਕਰਤੂਤਾਂ ਹੋਣੀਆਂ ਮੈਨੂੰ ਸਾਰੀਆਂ ਦਾ ਪਤਾ ਹੈ ਯਾਰ ਸਨਾ ਜੀ ਤੁਸੀਂ ਮੇਰੇ ਨਾਲ ਚੱਲਣਾ ਤੇ ਚੱਲ ਨਹੀਂ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਪਿਓ ਨੂੰ ਫੋਨ ਕਰਦੀ ਹਾਂ ਸਿੱਧੀ ਗੱਲ ਮੈਂ ਤਾਂ ਪੁੱਛਾ ਤੇ ਸਨ ਫੋਨ ਕਿਰਾਏ ਤੇਰਾ ਟਿਕਦਾ ਨਹੀਂ ਫੋਨ ਉਹ ਤੂੰ ਆਰਾਮ ਕਰ ਹੁਣ ਮੈਂ ਆਪਣੇ ਪਿਓ ਨੂੰ ਖੁਦ ਕਰ ਲਈ ਸਾਂ ਹਾਂ ਕਰ ਲੈ ਜੇ ਤੂੰ ਖੁਦ ਆਸੀਆ ਜੀ ਚਲੋ ਹਫ਼ਤਾ ਰਹਿੰਦੇ ਤੂੰ ਦੋ ਜਣੇ ਲਈ ਪਿੱਛਾ ਲਈ ਆ ਬਾਈ ਮੇਰੀ ਗੱਲ ਸੁਣ ਹਫ਼ਤਾ ਇਹ ਮੇਰੇ ਕਹਿੰਦੀ ਹਫ਼ਤਾ ਰਾਸਾ ਵਾ ਮੈਨੂੰ ਅਸੀਂ ਤੂੰ ਵੀ ਥਾਂ ਹੀ ਰਹੋ ਹਾਂ ਤੇਰਾ ਵਾਲਾ ਕਿ ਤੂੰ ਇੱਥੇ ਟੱਕਟੇ ਚਾਰਨ ਡਿਆ ਏ ਓਏ ਤੇ ਕੰਮਕਾਰ ਜਿਹੜਾ ਖੜਾ ਹੈ ਮੇਰੀ ਗੱਲ ਸੁਣ ਚੇਰ ਚੇਰ ਨਾ ਕੀਤੀ ਗੱਲ ਨਹੀਂ ਆ ਇੱਕ ਗੱਲ ਦਾ ਬੰਦਾ ਹੁੰਦਾ ਵਡੇਰਾ ਠੀਕ ਹੈ ਇੱਕ ਬੰਦੇ ਨੂੰ ਬੰਦੇ ਨੂੰ ਮਾਣ ਆਉਂਦੇ ਬੰਦੇ ਤੇ ਠੀਕ ਹੈ ਹੁਣ ਮੇਰੀ ਸਵਾਣੀ ਹੈ ਸਾਰ ਤੋਂ ਵੱਡੀ ਠੀਕ ਹੈ ਮੇਰੇ ਤੇ ਵੀ ਵੱਡੀ ਹੈ ਘਰ ਸੰਭਾਲਾ ਇਸ ਇਹ ਜਦ ਪੇਕੇ ਮੈਂ ਪਿੱਛੋਂ ਤਾਂ ਵੇਲੇ ਬਲ ਮੈਂ ਤਾਂ ਪੇਕੇ ਛੱਡ ਦੇਣਾ ਤੁਹਾਡੇ ਪਿੱਛੇ ਮੇ ਨਾ ਮੈਂ ਰੁਲ ਗਏ ਨਾ।
ਬਸ ਇਹਨਾਂ ਦਾ ਠੇਕਾ ਬੀਆਂ ਦਾ ਠੇਕਾ ਹੀ ਕਰ। ਚਲੋ ਤੂੰ ਕੱਲੀ ਵੜ ਜਾ, ਅੱਗੋਂ ਤਾਂ ਕਿਉਂ ਨਹੀਂ ਤਾਂ ਗੱਲ ਕਰ ਕੇ ਮੈਨੂੰ ਨਹੀਂ ਮਾਰ ਕੇ ਛੱਡ ਦੇਣਾ ਤੁਹਾਡੇ ਪਿੱਛੇ ਮੇਰਾ, ਬਸ ਸਾਡਾ ਖਿਆਲ ਕਰ, ਮਾਂ ਪਿਓ ਦਾ ਕਹਿ ਨਹੀਂ, ਭੈਣ ਭਰਾ ਕਹਿ ਨਹੀਂ ਮੇਰੇ ਐਵੇਂ ਨਾ। ਅਸੀਂ ਕਿਹੜਾ ਇੰਜ ਗਿਆ, ਜਾ ਤੂੰ ਫਿਰ ਲਾਟ ਹੋ, ਫਿਰ ਆ ਦੋ ਜਣੇ ਰਹਿ, ਤਰੇ ਰਹਿ, ਕੱਲੀ ਜਾ, ਬਾਲ ਤੇ ਸਕੂਲ ਪੜਦੇ ਮੈਂ। ਚਲੋ ਹਾਂ, ਬਾਲਾਂ ਦੀ ਛੁੱਟੀਆਂ ਨਾ ਕਰਾ ਨਾ, ਬਾਲ ਇੱਥੇ ਰੱਖ ਲਈ ਸਨ ਮੈਂ ਕੱਲੀ ਜਾਵਾਂ। ਓਏ ਬਾਲ ਪੜਨ ਨਾ ਜਾ, ਮੇਰੇ ਸਕੂਲ ਜਾਂਦੇ ਨਾ, ਇਹ ਜਾਵੇ ਨਾ, ਇਹ ਜੇ ਬਾਲ ਜਾਵਣ ਮੈਂ ਕੱਲੀ ਨੇ ਜਾਵਣੇ। ਮੂੰਹ ਤੈਨੂੰ ਆਈ ਬੈਠੀ ਹੈ, ਬਾਲਾਂ ਤੇ ਕਹਿ ਨਹੀਂ, ਕਹਿਣ ਨੂੰ ਆਈ ਹੋਈ। ਹਾਂ ਬਾਲਾਂ ਨੇ ਤੇ ਕਿਹਾ ਸੀ ਜਾਣਾ ਨਾਨੇ ਦੇ ਘਰੇ, ਬਾਲ ਤਾਂ ਸਕੂਲ ਗਿਆ, ਬਾਲ ਤਾਂ ਬਾਲ ਬਾਲ ਤਾਂ ਆਪਣੇ ਰਸਤੇ ਜਾਣਾ। ਮੇਰੀ ਗੱਲ ਸੁਣ ਸੁਣਨਾ, ਚੱਲ ਠੀਕ ਹੈ, ਇੱਧਰ ਉੱਤੋਂ ਵੇਖਣਾ, ਉੱਤੋਂ ਵੇਖਣਾ ਮੇਰੇ ਫੇਟੀ ਆ ਵੇਖ ਦੇ ਜੀ, ਤੇਰੇ ਪਿਆਰ ਨਾਲ ਵੇਖ ਕਰ, ਠੀਕ ਹੈ, ਗੁੱਸਾ ਛੱਡ ਦੇ ਨਹੀਂ। ਅੱਛਾ ਲੜੀ ਜੋ ਹੈ ਤੇ ਬੁਆ ਡੇਵਨ ਦਾ ਕਿਆ ਤੋਕ ਬੜਦਾ ਜੀ, ਇਹ ਕਿਸ ਵੇਲੇ ਦੀ ਆਦਤ ਛੇ ਰੰਗੂ ਅਕੜਕਾ ਜੀ, ਨਹੀਂ ਮੈਂ ਤਾਂ ਹੁਣ ਆਇਆ ਬਾਬਾ ਦੇਰ ਦੇ ਤਕੜੇ ਦਾ ਦੇ ਅਜੇ ਖੋਲ ਨਹੀਂ ਉੱਤਾ ਕਿਸ਼ਾ ਵੇਦੀ ਘੜੀ ਉਦੋਂ ਇੱਥੇ ਜਾਣੇ ਦਿਖਣੀਆਂ, ਮੈਂ ਸੋਚ ਕੇ ਭਜਾਈ ਜੇ ਸਾਨੂੰ ਵਰਕਲ ਨਹੀਂ ਛੋੜ ਦਵਾ ਗਈ ਸੀ। ਅੱਛਾ ਜੀ, ਮੈਂ ਸਗੀ ਦੇ ਜਾ ਸਕਦਾ। ਅੱਛਾ ਤੂੰ ਵਰਜਾਈ ਦੇ ਨਾ ਬਗਾਨੇ ਰਹਿ ਸਕਦੀ ਨਾ, ਨਹੀਂ ਰਹਿ ਸਕਦੀ, ਇਹ ਤਾਂ ਗੱਲ ਮੈਂ ਹੀ ਨਾ ਮੈਂ ਲੈ ਜਲੇ ਫਰਜਾਈ ਦੇ ਲੈ ਬਰੋ ਲੱਗ ਗਿਆ, ਕਾਸ਼ੀ ਰੋਲ ਗਿਆ ਜੇ ਤੈਨੂੰ ਲੈ ਜਾ ਰਲੇ ਤਾਂ ਮੈਂ ਬਸ ਰਲੇ ਵਾ ਗਈ ਸੀ। ਅਸਾ ਪਰਨੀਤ ਹੀ ਗੁਲਾ ਕੇ ਤੇ ਗਲਤੀਆਂ ਕੀਤੀਆਂ, ਰੰਨਾ ਸਾਹਿਬ ਆ ਪੈ ਕੇ ਜਾ ਤੇ ਬੈਠਿਆ ਰਹਾ ਹੋਈ ਆ ਕਿਆ, ਮੈਂ ਤਾਂ ਫਰਜਾਈ ਦੇ ਬੇਕਰ ਖੇਲ ਜਾ ਸਾਂ, ਫਰਜਾਈ ਦੇ ਪੈਕਾ ਦੇ ਕਰ ਜਾ ਸੇ ਹੈ ਰਲੇ ਲੈ ਗਏ। ਐਵਰੀਵਨ ਪਤਾ ਕੀ ਲੜਾਈ ਕਿਹੜੀ ਗੱਲ ਜਾਂਦੀ ਪਈ ਤੁਹਾਨੂੰ, ਲੜਾਈ ਮੈਂ ਸੁਣਾਈ ਸਿੱਧੇ ਰੋਡ ਤੋਂ ਸਟੋਰੀ ਦੱਸੀ ਹੈ, ਠੀਕ ਹੈ। ਆ ਕਹਿੰਦੀ ਹੈ ਜਾ ਸਾਂ ਇੱਕ ਹਫ਼ਤੇ ਵਾਸਤੇ, ਗਾਰ ਨੂੰ ਮਾਰ ਤਾਲੇ, ਠੀਕ ਹੈ, ਤੂੰ ਵੀ ਮੇਰੇ ਨਾਲ ਚੱਲ, ਉਥਾਂ ਹੀ ਜਾ ਤੇ ਰਮਣਾ ਹੈ। ਅਸਲ ਵਿੱਚ ਪਤਾ ਕਿ ਜਿਹੜਾ ਮੇਰਾ ਸਾਵਰਾਂ ਦਾ ਇਲਾਕਾ ਹੈ ਨਾ, ਹੈ ਉਹਨਾਂ ਦੇ ਕਲਚਰ ਦੇ ਹਿਸਾਬ ਨਾਲ ਅਸਲ ਵਿੱਚ ਉਹ ਵੀਡੀਓ ਨੂੰ ਪ੍ਰਮੋਟ ਕੋਈ ਨਹੀਂ ਕਰਦੇ, ਠੀਕ ਹੈ। ਕੰਮ ਹੀ ਕੁਛ ਇਸ ਤਰੀਕੇ ਦਾ ਹੈ ਸੋਸ਼ਲ ਮੀਡੀਆ ਦਾ ਕਿ ਮੈਂ ਇਸ ਕੰਮ ਪਿੱਛਾ ਹਟ ਨਹੀਂ ਸਕਦਾ, ਠੀਕ ਹੈ। ਬੇਗਮ ਮੇਰੀ ਵੀ ਨਹੀਂ ਹਟ ਸਕਦੀ, ਅਸੀਂ ਜਦੋਂ ਆ ਜੋ ਗਏ ਸੋਸ਼ਲ ਮੀਡੀਆ 'ਤੇ ਫਿਰ ਵਾਪਸ ਤਾਂ ਹਟ ਨਹੀਂ ਸਕਦੇ, ਲੇਕਿਨ ਜਿਹੜੇ ਮੇਰੇ ਸਾਵਰਨ ਉਹ ਇਸ ਚੀਜ਼ ਨੂੰ ਸਾਫ਼ ਸਾਫ਼ ਇਨਕਾਰ ਹੈ, ਉਹਨਾਂ ਦੇ ਤਰਫੋਂ ਬਿਲਕੁਲ ਇਨਕਾਰ ਹੈ ਕਿ ਇਹ ਕੰਮ ਤੁਸੀਂ ਬਿਲਕੁਲ ਨਹੀਂ ਕਰਨਾ, ਗੰਦਾ ਕੰਮ ਹੈ, ਸਹੀ ਹੈ, ਜੋ ਵੀ ਇਹ ਕਰਨਾ ਹੀ ਨਹੀਂ, ਉਹਨਾਂ ਤਰਫੋਂ ਨਾ ਹੀ ਨਾ ਹੈ, ਠੀਕ ਹੈ। ਅਤੇ ਹੁਣ ਮੈਂ ਉੱਥੇ ਜਾਵਾਂ ਉਸ ਜਗ੍ਹਾ 'ਤੇ ਜਾ ਤੇ ਉਹ ਚੰਗੀ ਮਾੜੀ ਗੱਲ ਕਰਨ, ਬੇਇੱਜ਼ਤੀ ਕਰਨ ਕਿਸੇ ਕਿਸਮ ਦੀ, ਫਿਰ ਬੰਦਾ ਚੰਗਾ ਨਹੀਂ ਲੱਗਦਾ। ਪਿਓੜੇ ਵੀ ਕੀਤੀ ਉਹਨੇ ਵੀ ਕਿਹਾ ਨਾ ਬਣਾ, ਮਤਲਬ ਆਪਣਾ ਪਿਓ ਵੀ ਛੱਡ ਦੇ, ਆਪਣੇ ਭੈਣ ਭਰਾ ਹੀ ਛੱਡ ਦੇ, ਦੁਨੀਆਂ ਦੇ ਛੜਾਈਨੇ ਪਿਓਰ ਆਪਾਂ ਛੱਡਦਾ ਹੈ, ਠੀਕ ਹੈ। ਆਪ ਪਿਓ ਦੇ ਨੇੜੇ ਕੋਈ ਜਾਣੇ ਨੇ, ਜਿਹੜੇ ਬੰਦੇ ਆਪਾਂ ਨੂੰ ਇਨਕਾਰ ਕੀਤਾ ਆਪਾਂ ਉਹਨਾਂ ਨੂੰ ਛੱਡਿਆ ਹੈ। ਬਾਈ ਕਾਸ਼ਫ ਹੋਰੀ ਨੇ ਆਪਣੇ ਰਲੇ ਵਧੇ ਨੇ, ਉਹਨਾਂ ਕਦੇ ਇਨਕਾਰ ਨਹੀਂ ਕੀਤਾ, ਉਹ ਵਧੇ ਨੇ, ਉਹ ਵੀ ਸਮਾਣੀ ਮਰਦ ਵੀਡੀਓ ਸ਼ੀਡੀਓ ਬਣਾਉਂਦੇ ਫਿਰ, ਤੈਨੂੰ ਸਮਝ ਆ ਗਈ, ਸਮਝ ਆ ਗਈ ਹੈ। ਲੜਿਆ ਨਾ ਕਰ, ਕਮਰੀ ਨਾ ਬਣਿਆ ਕਰ, ਸਿਆਣੀ ਬੜੀ ਕਰ ਯਾਰ, ਤੂੰ ਕਿਹੜੀ ਸੋਹਣੀ ਮੇਰੀ ਸਮਾਣੀ, ਸਿਆਣੀ ਸਾਲ ਦੋ ਤੇ ਹੋ ਗਏ ਸਿਆਣੀ ਬਣੀ ਨੂੰ, ਇਸ ਚੀਜ਼ ਨੂੰ ਸਮਝ ਕਰ, ਗੱਤੇ ਸਦਾ ਆ ਕੇ ਜਾ, ਬਸ ਠੀਕ ਹੈ, ਉਹ ਚੰਡਾ ਚਾਹ ਵਜਨ ਕਰ, ਗੱਤੇ ਦੋ ਚੁੱਪ ਕਰ ਦੇ, ਬੂਆ ਬੰਦ ਕਰ, ਕਰ ਦੇ ਰਸਤਾ ਜਾਣ ਕੇ ਤੁਹਾਨੂੰ ਮੇਰੀ ਗੱਲ ਸੁਣ, ਲੜਿਆ ਨਾ ਕਰ, ਠੀਕ ਹੈ, ਤੁਹਾਡੇ ਦਿਮਾਗ ਨਾਲ ਗੱਲ ਸੋਚੀ ਕਰ, ਮੈਂ ਤੈਨੂੰ ਸਵੇਰ ਨੂੰ ਨਾ ਕੀਤੀ, ਤੂੰ ਉਸ ਗੱਲ ਪੈ ਗਈ, ਤੈਨੂੰ ਮੈਂ ਨਹੀਂ ਆਖਣ ਕਿ ਨਹੀਂ ਜਾਣਾ, ਚੱਲ
ਆਪਣੇ ਕਮਰੇ ਚ ਰਹਿਣਾ ਇਸ ਕਮਰੇ ਦੇ ਬਣੇ ਨਾਲ ਬਾਲਾਂ ਦੇ ਸਾਹਮਣੇ ਤੂੰ 6 ਰਤ ਬੂਆ ਖੜ ਕੇ ਨਹੀਂ ਖੜੀ ਤੂੰ ਵੱਧ ਲੜਨ ਲੱਗ ਗਈ ਨਾ ਮੈਨੂੰ ਇੱਕ ਗੱਲ ਦੱਸ ਆਪੇ ਕੋਈ ਲੜਾਈ ਹੈ ਕੋਈ ਲੜਾਈ ਤਾਂ ਨਹੀਂ ਕੋਈ ਨਾ ਤੂੰ ਪੇਕੇ ਜਾਮ ਲੈਣਾ ਮੈਂ ਜਾਮ ਨਾ ਪੇਕੇ ਅੱਛਾ ਤੇ ਵਗ ਜਾ ਮੈਂ ਕਿਹੜੇ ਤੈਨੂੰ ਰੋਕਣ ਨਾ ਜਾ ਵਗ ਜਾ ਵਗ ਜਾ ਮੈਂ ਤਾਂ ਵਗ ਜਾ ਮੈਂ ਜਦੋਂ ਮੈਂ ਕੱਲੀ ਨੇ ਜਾਣਾ ਮੈਂ ਆਪਣੇ ਪਿਓ ਨੂੰ ਫੋਨ ਕਰਨੇ ਆਣ ਕੇ ਲੈ ਜਾ ਸੀ ਆਪਣੇ ਬਾਹਰ ਹੀ ਸਾਂਭ ਤੇ ਆਪ ਹੀ ਰਹੋ ਅੱਛਾ ਗੱਲ ਸੁਣ ਤੂੰ ਜਦੋਂ ਜਾਣਾ ਤੇ ਛੱਡ ਕੇ ਆ ਜਾਣਾ ਪਤਾ ਕੀ ਆ ਤੂੰ ਕੱਲੀ ਨੇ ਨਹੀਂ ਜਾਣਾ ਆਪਾਂ ਦੋਵੇਂ ਚੱਲਾਂਗੇ ਦੋ ਦਿਨਾਂ ਵਾਸਤੇ ਠੀਕ ਹੈ ਦੋ ਦਿਨਾਂ ਵਾਸਤੇ ਓਕੇ ਠੀਕ ਹੈ ਚੱਲ ਹਾਂ ਠੀਕ ਹੈ ਅਰਦਾ ਰਹਿ ਗਿਆ ਤਾਂ ਤੈਨੂੰ ਮੌਤ ਪੈਂਦੀ ਹੈ ਨਾ ਸਰ ਨਾ ਮੈਂ ਦੋ ਦਿਨ ਸਾਲ ਮੋਬਾਈਲ ਮੈਨੂੰ ਬੰਦ ਰੱਖਣੇ ਕੋਲ ਸੀ ਸਮਝ ਆ ਗਈ ਮੋਬਾਈਲ ਬਲਕਿ ਮੈਂ ਘਰੇ ਰੱਖ ਤੇ ਜਾਸਾ ਠੀਕ ਹੈ ਨਾ ਮੋਬਾਈਲ ਇਹ ਬੜੀਆਂ ਮਸ਼ੂਕਾਂ ਦੇ ਫੋਨ ਆਉਂਦੇ ਜਿਹੜੇ ਆ ਮਰੇ ਟੈਨਸ਼ਨ ਹੋ ਸੀ ਮਸ਼ੂਕਾਂ ਦੀ ਗੱਲ ਨਹੀਂ ਹੁੰਦੀ ਪਿਆਰ ਤਾਂ ਮੈਂ ਤੈਨੂੰ ਨਹੀਂ ਮੈਨੂੰ ਇਹ ਦੱਸ ਤੇਰੀਆਂ ਮਸ਼ੂਕਾਂ ਦੇ ਫੋਨ ਆਉਂਦੇ ਜਿਹੜੇ ਤੂੰ ਮੋਬਾਈਲ ਬੰਦ ਰੱਖੇ ਤੈਨੂੰ ਟੈਨਸ਼ਨ ਹੋ ਸੀ ਦੱਸ ਨਾ ਐਸੀ ਬਾਤ ਨਹੀਂ ਤੇ ਫੇਰ ਅਸਲ ਵਿੱਚ ਐਸੀ ਗੱਲ ਨਹੀਂ ਵੀ ਕਿ ਕਮਰੇ ਜਿਵੇਂ ਇਹਦਾ ਵਿਲਾਟਾ ਬਾਹਰ ਨਹੀਂ ਤੁਸੀਂ ਜਾਂ ਵਿੰਡੋ ਖੋਲ ਕੇ ਤੁਸੀਂ ਲੜਿਆ ਨਾ ਕਰ ਸਾ ਠੀਕ ਹੈ ਨਾ ਆਪਾਂ ਬਾਅਦ ਚੱਲੋ ਠੀਕ ਹੈ ਓਕੇ ਓਕੇ ਲੈ ਵੀ ਗਾਈਸ ਪਤਾ ਨਹੀਂ ਕਹਿੰਦੇ ਕਹਿੰਦੇ ਘਰੇ ਲੜਾਈ ਹੁੰਦੀ ਹੈ ਇਸ ਤਰੀਕੇ ਦੀ ਠੀਕ ਹੈ ਜਿਹੜੇ ਹਰ ਵਕਤ ਇਸੇ ਟੋਪਿਕ 'ਤੇ ਆਉਂਦੀ ਹੈ ਕਿ ਮੈਂ ਪੇਕੇ ਜਾਣਾ ਤੂੰ ਹੀ ਮੇਰੇ ਨਾਲ ਚੱਲ ਜਿਹਦੇ ਤੇਰੇ ਡੈਡ ਮੈਂ ਰਸ ਉਹ ਤੇਰੇ ਡੈਡ ਤੂੰ ਹੀ ਰਹਿਣਾ ਹੈ ਹੱਥ ਨਹੀਂ ਰਹਿ ਸਕਦੇ ਸਵਾਣੀਆਂ ਤੁਹਾਡੇ ਘਰਾਂ 'ਚ ਰਹਿਣ ਤੁਸੀਂ ਸਵਾਣੀਆਂ ਦੇ ਪੇਕੇ ਦੇ ਘਰਾਂ 'ਚ ਜਾ ਕੇ ਨਹੀਂ ਰਹਿ ਸਕਦੇ ਮੈਂ ਰਵਾਂਗਾ ਯਾਰ ਜਾਨੀ ਰਵਾਂਗਾ ਸੱਚੀ ਦੋ ਦਿਨ ਰਵਾਂਗੇ ਆਪਾਂ 8 ਦਿਨ ਨਹੀਂ ਦੋ ਦਿਨ ਠੀਕ ਹੈ ਓਕੇ ਬਾਕੀ ਤੂੰ ਆਪਣੇ ਮਨਾਉਣ ਠੀਕ ਹੀ ਠੀਕ ਹੈ ਹਾਂ ਠੀਕ ਹੈ ਕਦੋਂ ਚੱਲੀਏ ਹੁਣ ਦੱਸ ਅੱਜ ਚੱਲੀਏ ਸਵੇਰ ਚੱਲੀਏ ਦੱਸ ਕਿ ਜਿਹਦਾ ਮੈਂ ਨਹੀਂ ਤਾਂ ਟਾਈਮ ਬਣਾ ਲਿਆ ਇੱਕ ਹਫ਼ਤੇ ਦੀ ਟਾਈਮ ਬਣਾ ਲਿਆ ਠੀਕ ਹੈ ਕਿਉਂਕਿ ਮੈਨੂੰ ਜਿਹੜਾ ਮੇਰੇ ਕੰਮ ਸ਼ਾਮ ਨਿਬੇੜਨ ਲਈ ਫਿਰ ਕਲੀਅਰ ਕਰਨ ਲਈ ਫਿਰ ਆਪਾਂ ਪਹੁੰਚ ਜਾਵਾਂਗੇ ਠੀਕ ਹੈ ਠੀਕ ਹੈ ਠੀਕ ਹੈ ਤਾਂ ਜੇ ਹਫ਼ਤੇ ਤੋਂ ਅੱਗਾ ਗਿਆ ਤਾਂ ਵੱਧ ਮੈਂ ਹਫ਼ਤੇ ਤੋਂ ਘਰੇ ਜਾਵਾਂਗਾ ਤੇ ਨਾਲ ਲੈ ਕੇ ਜਾਵਾਂਗਾ ਜਿੱਥੇ ਜਾਵਾਂਗਾ ਲੱਗ ਜਾ ਸੀ ਹਾਂ ਮਰ ਗਏ ਨਾ ਚੱਲ ਆ ਫਿਰ ਤੈਨੂੰ ਤਾਂ ਹੋਰ ਪਾਸੇ ਲੈ ਕੇ ਚੱਲਾਂ ਵੋਲਾ ਸ਼ੁਰੂ ਪਾਸੇ ਤੂੰ ਹੀ ਤਾਂ ਮੇਰੀ ਸੋਹਣੀ ਸਵਾਣੀ ਦੀ ਵਾਈ ਤੂੰ ਮੇਰੇ ਨਾਲ ਲੜਦੀ ਰਹਿਣੀ ਹੈ ਤੈਨੂੰ ਪਤਾ ਹੈ ਨਾ ਇਸ ਕਮਰੇ 'ਚ ਨਾ ਲੈ ਚੱਲ ਹੁਣ ਇਸ ਕਮਰੇ 'ਚ ਖਾ ਰਹੇ ਲੜਦੀ ਰਹਿਣੀ ਨਾ ਤੇਰੇ ਗੁੱਸਾ ਠੱਡਾ ਕਰਨ ਵਾਸਤੇ ਮੇਰਾ ਦਿਲ ਕਰਦਾ ਤੈਨੂੰ ਗਵਾਈ ਰੱਖਣਾ ਸਮਝ ਆ ਗਈ ਤੂੰ ਘੁਮਾਣਾ ਥੋੜਾ ਪਿੱਛਾ ਰਹਿ ਲੈ ਅੱਛਾ ਅੱਛਾ ਚਲੋ ਮੈਂ ਗਾਈਸ ਮੇਰੀ ਸਵਾਣੀ ਤੇ ਮੇਰੀ ਹੋ ਗਈ ਸੁਲਾ ਠੀਕ ਹੈ ਮੇਰੀ ਮੇਰੀ ਸਮਝ ਦੇ ਦੀ ਜਿਹੜੇ ਸਾਡਾ ਰੂਹ ਵਾਲਾ ਉਹ ਆਈ ਨਾ ਉਹਨਾਂ ਨਹੀਂ ਬੰਦ ਕਰਦੀ ਇਹ ਲੜਦੇ ਇਹਨੂੰ ਹੁਣ ਆਪਣਾ ਕਮਰਾ ਮਿਲ ਗਿਆ ਜਾਂ ਮੈਂ ਨਾਲ ਲੜਦੀ ਹੈ ਲੱਖ ਤੇ ਆਪਣੇ ਕਮਰੇ ਦਾ ਲਈ ਸੀ ਲੱਖ ਚਾਬੀ ਵੰਦੇ ਰੱਖ ਲਈ ਸੀ ਬੀਆ ਕੰਜਰ ਨਾ ਬੂਆ ਕੋਲ ਜਗ ਰੱਖੋ ਕੁਛ ਨਾ ਕਾਟ ਅੱਜ ਤੋਂ ਬਾਅਦ ਨਾ ਮੈਂ ਇੱਕ ਚਾਬੀਆਂ ਘੱਟ ਦੇ ਰੱਖ ਲਈ 17 ਚਾਬੀਆਂ ਨਾ ਇੱਕ ਘੱਟ ਦੇ ਮੈਂ ਰੱਖ ਲੈ ਸਾਂ ਤੇ ਜਿਹੜੀਆਂ ਦੋ ਚਾਬੀਆਂ ਨਾ ਦੋ ਚਾਬੀਆਂ ਇਹਦੇ ਕੋਲ ਪਈ ਆ ਰਵੇ ਠੀਕ ਹੈ ਮੈਂ ਉਦਲੀ ਕੁੰਡੀ ਲਾ ਦੇ ਸਾਂ ਉਦਲੀ ਕੁੰਡੀ ਲਾ ਦੇ ਸਾਂ ਤੂੰ ਹਾਂ ਹੈ ਚਲੋ ਗਾਇਸ ਅੱਲਾ ਹਾਫਿਜ਼ ਮਿਲਦੇ ਆ ਨੈਕਸਟ ਵੀਡੀਓ ਦੁਆ ਯਾਦ ਰੱਖਿਆ ਵੇਖੋ ਮੇਰੀ ਸਵਾਣੀ ਕਿਸ ਤਰੀਕੇ ਰੁਸਣ ਲੱਗੀ ਬਾਲਾਂ ਨਹੀਂ ਕਰ ਲੈਂਦਾ ਓਕੇ ਗਾਇਸ ਅੱਲਾ ਹਾਫਿਜ਼